ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਤੇ ਕਥਿਤ ਘੁਟਾਲੇ ਦਾ ਇਲਜ਼ਾਮ ਲਗਾਉਣ ਵਾਲੇ ਗੁਰਮੀਤ ਸਿੰਘ ਛੰਟੀ ਤੇ ਵੀ ਹੁਣ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ। ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ ਅਗਸਤ 2012 ਵਿੱਚ ਖਰੀਦੀ ਗਈ ਸਬਜ਼ੀ ਦਾ ਇਹ ਮੁੱਦਾ ਅਦਾਲਤ ਵਿੱਚ ਪਹੁੰਚ ਗਿਆ। ਕਮੇਟੀ ਦੇ ਤਤਕਾਲੀ ਜਨਰਲ ਸਕੱਤਰ ਗੁਰਮੀਤ ਸਿੰਘ ਛੰਟੀ ਖਿਲਾਫ਼ ਕਮੇਟੀ ਦੇ ਮੌਜੂਦਾ ਮੈਂਬਰ ਹਰਜੀਤ ਸਿੰਘ ਜੀਕੇ ਨੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਅਪਰਾਧਿਕ ਗਬਨ ਦੇ ਤਹਿਤ ਦੋਸ਼ ਤਹਿਤ ਮਾਮਲਾ ਦਰਜ ਕਰਨ ਦੇ ਲਈ ਪਟੀਸ਼ਨ ਦਾਖਲ ਕੀਤੀ ਹੈ। ਕੇਸ ਦੀ ਸੁਣਵਾਈ ਦੌਰਾਨ ਜੱਜ ਪ੍ਰੀਤੀ ਪ੍ਰੇਵਾ ਨੇ ਜੀਕੇ ਦੇ ਵਕੀਲ ਸੰਜੇ ਗੁਪਤਾ ਦੀ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਪੁਲਿਸ ਨੂੰ ਅਗਲੀ ਸੁਣਵਾਈ 20 ਅਪ੍ਰੈਲ ਤੱਕ 5 ਕਰੋੜ ਰੁਪਏ ਦੇ ਕਥਿਤ ਸਬਜ਼ੀ ਘੁਟਾਲੇ ਮਾਮਲੇ ਵਿੱਚ ਕਰਵਾਈ ਰਿਪੋਰਟ ਦਰਜ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਗੁਰਮੀਤ ਸਿੰਘ ਛੰਟੀ ਦੇ ਪੁਰਾਣੇ ਸਾਥੀ ਅਤੇ ਸਾਬਕਾ ਜੁਆਇੰਟ ਸਕੱਤਰ ਕਰਤਾਰ ਸਿੰਘ ਕੋਛੜ ਵੱਲੋਂ ਇਸ ਮਾਮਲੇ ਵਿੱਚ 2013 ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਵਿੰਗ ਅਤੇ ਪਟਿਆਲਾ ਹਾਊਸ ਕੋਰਟ ਵਿੱਚ ਦਾਖਲ ਪਟੀਸ਼ਨ ਨਾਲ ਜੁੜੇ ਰਿਕਾਰਡਾਂ ਨੂੰ ਵੀ ਸਮਨ ਕੀਤਾ ਗਿਆ। ਇਲਜ਼ਾਮਾਂ ਮੁਤਾਬਕ ਛੰਟੀ ਨੇ ਲੰਗਰ ਦੀ ਜੋ ਸਬਜ਼ੀ ਖਰੀਦੀ ਉਸਦੇ ਬਿੱਲ ਉੱਤੇ ਲਿਖੀ ਭਾਸ਼ਾ ਅਤੇ ਲਿਪੀ ਸਮਝ ਤੋਂ ਪਰੇ ਹੈ, ਸਮਾਨ ਦੀ ਕੀਮਤ, ਭਿੰਨਤਾ, ਮਾਤਰਾ ਆਦਿ ਇਸ ਪ੍ਰਕਾਰ ਲਿਖੀਆਂ ਗਈਆਂ ਹਨ ਤਾਂ ਜੋ ਇਹ ਪੜ੍ਹਨਾ ਸੰਭਵ ਨਾ ਹੋਵੇ। ਇਸ ਦੇ ਨਾਲ ਉਸ ਸਮੇਂ ਮਹੀਨੇ ਵਿੱਚ ਸਬਜ਼ੀਆਂ ਤਕਰੀਬਨ 25,000 ਰੁਪਏ ਦੀਆਂ ਆਉਂਦੀਆਂ ਸਨ, ਪਰ ਅਪ੍ਰੈਲ ਤੋਂ ਅਗਸਤ 2012 ਤੱਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਖਰਚਿਆਂ ਵਿੱਚ ਤਕਰੀਬਨ 5 ਕਰੋੜ ਦੇ ਬਿੱਲ ਸਬਜ਼ੀਆਂ ਦੇ ਜਮ੍ਹਾਂ ਹੋਏ ਸਨ। ਜਾਲੀ ਵਿਕਰੇਤਾਵਾਂ ਦੇ ਨਾਂ ਤੇ ਬਣੇ ਬਿੱਲਾਂ ਤੇ ਮਾਲ ਵੇਚਣ ਵਾਲਿਆਂ ਦਾ ਪਤਾ ਵੀ ਨਹੀਂ ਲਿਖਿਆ। ਸਾਰੇ ਬਿੱਲਾਂ ਦੀ ਲਿਖਤ ਅਤੇ ਲਿਖਣ ਦੀ ਸ਼ੈਲੀ ਵੀ ਇੱਕੋ ਜਿਹੀ ਹੈ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਹਰਜੀਤ ਸਿੰਘ ਜੀਕੇ ਨੇ ਇੰਡੀਅਨ ਪੀਨਲ ਕੋਡ ਦੀ ਧਾਰਾ 408, 409, 418, 468 ਅਤੇ 471 ਤਹਿਤ ਛੰਟੀ ਖਿਲਾਫ਼ ਕੇਸ ਦਰਜ ਕਰਨ ਦੀ ਵਕਾਲਤ ਕੀਤੀ। ਹਰਜੀਤ ਸਿੰਘ ਜੀਕੇ ਨੇ ਕਿਹਾ ਕਿ ਹਿੰਦੀ ਭਾਸ਼ਾ ਦੇਵਨਾਗਰੀ ਅਤੇ ਪੰਜਾਬੀ ਭਾਸ਼ਾ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪਰ ਛੰਟੀ ਨੇ ਜਾਲੀ ਸਬਜ਼ੀਆਂ ਦੇ ਬਿੱਲਾਂ ਲਈ ਨਵੀਂ ਭਾਸ਼ਾ ਦੀ ਖੋਜ ਕੀਤੀ ਹੈ। ਛੰਟੀ ਦੀ ਭਾਸ਼ਾ ਅਤੇ ਲਿਪੀ ਦਾ ਪੇਟੈਂਟ ਹੋਣਾ ਚਾਹੀਦਾ ਹੈ। ਛੰਟੀ ਵੱਲੋਂ ਖੋਜ ਕੀਤੀ ਗਈ ਨਵੀਂ ਭਾਸ਼ਾ ਨੂੰ ਲੰਗਰੀ ਅਤੇ ਲਿਪੀ ਨੂੰ ਚੋਰ ਮੁਖੀ ਦਾ ਨਾਂ ਦਿੰਦਿਆਂ ਹੋਇਆਂ ਹਰਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਛੰਟੀ ਵੱਲੋਂ ਦਸਤਖਤ ਕੀਤੇ ਗਏ ਬਿੱਲ ਕਈ ਗੁਣਾ ਵੱਧ ਅਤੇ ਸਿੱਧੇ ਗੁਰੂ ਦੀ ਗੋਲਕ ਦੀ ਲੁੱਟ ਹੈ। ਹਰਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਕਮੇਟੀ 4 ਤੋਂ 5 ਲੱਖ ਰੁਪਏ ਇੱਕ ਮਹੀਨੇ ਦੀਆਂ ਸਬਜ਼ੀਆਂ ਦੀ ਖਰੀਦਦਾਰੀ ਕਰ ਰਹੀ ਹੈ। ਫਿਰ 7 ਸਾਲ ਪਹਿਲਾਂ ਤਕਰੀਬਨ 25 ਕਰੋੜ ਰੁਪਏ ਦੀ ਸਬਜ਼ੀ ਦੀ ਖਰੀਦ ਇੱਕ ਮਹੀਨੇ ਵਿੱਚ ਹੋਣਾ ਬਹੁਤ ਹੈਰਾਨੀਜਨਕ ਹੈ। ਇਸ ਤੋਂ ਇਲਾਵਾ ਸਾਰੀਆਂ ਸਬਜ਼ੀਆਂ ਦੀ ਨਗਦ ਖਰੀਦ ਨਾਲ ਵੀ ਸ਼ੱਕ ਪੈਦਾ ਹੁੰਦਾ ਹੈ। ਕੋਛੜ ਦੀ ਪੁਰਾਣੀ ਸ਼ਿਕਾਇਤ ਦੀ ਚੰਗੀ ਪੈਰਵਾਈ ਕਰਕੇ ਛੰਟੀ ਦੇ ਵੱਧ ਜਾਣ ਦੀ ਕੋਈ ਗਲਤੀ ਨੂੰ ਹਰਜੀਤ ਸਿੰਘ ਜੀਕੇ ਨੇ ਨਾ ਦੁਹਰਾਉਣ ਦਾ ਫੈਸਲਾ ਕੀਤਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।